ਕੋਰੋਨਾ ਵਾਇਰਸ ਦੇ ਚਲਦਿਆਂ ਪ੍ਰਸ਼ਾਸਨ ਲੋਕਾਂ ਨੂੰ ਸਹੂਲਤਾਂ ਦੇਣ ਲਈ ਦਿਨ ਰਾਤ ਮਿਹਨਤ ਕਰ ਰਿਹਾ, ਜਿਸ ਦੇ ਚਲਦਿਆਂ ਫਲੌਰ ਦੇ ਪਿੰਡ ਖੈਰੀਆਂ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਥਾਣਾ ਫਲੌਰ ਦੇ SHO ਮੁਖਤਿਆਰ ਸਿੰਘ ਅਤੇ ਉਸ ਦੀ ਟੀਮ ਨੂੰ ਲੋਕਾਂ ਦੀ ਵਧੀਆ ਸੇਵਾ ਕਰਨ ਤੇ ਸਿਰੋਪਾਓ ਅਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ SHO ਮੁਖਤਿਆਰ ਸਿੰਘ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਦਿਨ ਰਾਤ ਨਿਰਵਿਘਨ ਲੋਕਾਂ ਦੀ ਸੇਵਾ ਕਰਦੇ ਰਹਿਣਗੇ, ਜਿਸ ਦੇ ਚਲਦਿਆਂ ਉਹਨਾਂ ਲੋਕਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਦੀ ਅਪੀਲ ਕੀਤੀ। ਫਲੌਰ ਤੋਂ ਪ੍ਰਪਾਲ ਦੀ ਰਿਪੋਰਟ। ਪਿੰਡ ਖੇਰਾ ਵਿਖੇ ਮਾਨਯੋਗ SHO ਸਾਹਿਬ ਮੁਖਤਿਆਰ ਸਿੰਘ ਜੀ ਸਾਡੇ ਪਿੰਡ ਆਏ ਸੀਗੇ, ਉਹਨਾਂ ਦਾ ਜੀ ਉਹਨਾਂ ਦੇ ਹਾਰ ਪਾ ਕੇ ਸੋਪੇ ਪਾ ਕੇ ਵੈਲਕਮ ਕੀਤਾ। ਔਰ ਮਿੰਟ ਤੋਂ ਪਹਿਲਾਂ ਜੇ ਕੋਈ ਗੱਲ ਹੁੰਦੀ ਆ ਪਿੰਡ ਤੋਂ ਪਹਿਲਾਂ ਆ ਕੇ ਸੇਵਾ ਨੂੰ ਆ ਰਹੇ, ਪਿੰਡ ਪਿੰਡ ਜਾ ਕੇ ਲੰਗਰ ਵੰਡ ਰਹੇ ਆ। ਉਹ ਸਾਡੇ ਪਿੰਡ ਤੋਂ ਵੀ ਇਹ NRI ਵੀਰਾਂ ਵੱਲੋਂ ਹੋਰ ਵੀ ਗੁਰਦੁਆਰਾ ਕਮੇਟੀਆਂ ਵੱਲੋਂ ਵੀ ਲੰਗਰ ਬਣਾ ਪਾ ਕੇ ਪਕਾ ਕੇ ਵੰਡ ਰਹੇ ਪਿੰਡਾਂ 'ਚ। ਔਰ ਉਦੋਂ ਜ਼ਿਆਦਾ ਸੇਵਾ ਜਿਹੜੀ ਸਾਡੇ ਅੱਜ ਮੁਖਤਿਆਰ ਰਾਮ ਜੀ ਆ, ਇਹ ਮਾਸਕਾਂ ਦੀ ਸੇਵਾ ਜੋ ਕੋਰੋਨਾ ਵਾਇਰ ਚੱਲੀ ਹੈ ਬਿਮਾਰੀ, ਉਸ ਤੋਂ ਰਹਿਤ ਹੋਣ ਲਈ ਮਾਸਕ ਜਿਹੜੇ ਆ 10,000 ਤੋਂ ਘੱਟ ਘੱਟ 10,000 ਰੁਪਇਆ 10,000 ਵੱਧ ਚੁੱਕੇ ਆ ਇਹ। ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦੀ ਕਰਦੇ ਪਿੰਡ ਖਰਾ ਗੁਰਦਾਮ ਚੇਤ ਨੂੰ। ਅਸੀਂ ਬਹੁਤ ਖੁਸ਼ ਹਾਂ, ਬਹੁਤ ਧੰਨਵਾਦ ਖਹਿਰਾ ਨਗਰ ਦਾ, ਬਹੁਤ ਸਹਿਯੋਗ ਦੇ ਰਹੇ ਆ, ਬਹੁਤ ਧੰਨਵਾਦ। ਅਸੀਂ ਇਹਨੇ ਜਿੱਦਾਂ ਸਹਿਯੋਗ ਦੇ ਰਹੇ, ਸਾਰੇ ਸ਼ਹਿਰ ਵਾਲੇ ਹੋਰ ਪਿੰਡਾਂ ਵਾਲੇ ਕਾਫੀ ਸਹਿਯੋਗ ਦੇ ਰਹੇ, ਕੁਝ ਜਿਹੜੇ ਵੀਰ ਨਹੀਂ ਸਹਿਯੋਗ ਦਿੰਦੇ ਸਹਿਯੋਗ ਦੇਣ। ਇਹ ਟਾਈਮ ਹੁਣ ਜਿਹੜਾ ਵਾ ਇਹ ਆਪਣਾ ਇਸ ਬਿਮਾਰੀ ਨਾਲ ਲੜਨ ਦਾ ਵਾ, ਇਹ ਕੋਈ ਪਾਰਟੀ ਬਾਜੀ ਵਾਲਾ ਨਹੀਂ ਕਿ ਮੈਨੂੰ ਹੱਥ ਨਹੀਂ ਮਿਲਿਆ, ਮੇਰੇ ਕੋਲ ਨਹੀਂ ਆਏ, ਮੇਰੇ ਕੋਲ ਨਹੀਂ ਆਏ। ਅਸੀਂ ਸਾਨੂੰ ਕੌਲ ਕਰਦਾ ਕੋਈ, ਅਸੀਂ 5 ਵਜੇ ਤੋਂ ਉੱਥੇ ਟੀਮ ਜਾਂਦੀ ਸਾਡੀ। ਅਸੀਂ ਕੋਈ ਇਹ ਨਹੀਂ ਗਾ ਕਿ ਸਾਡੇ 'ਚ ਕੋਈ ਹੈਗਾ ਤਾਂ ਇੱਥੇ ਨਹੀਂ ਜਾਣਾ, ਭਾਵੇਂ 20 ਕਿਲੋਮੀਟਰ ਹੋਵੇ ਅਸੀਂ ਉੱਥੇ ਵੀ ਜਾਂਦੇ। ਪਰ ਧੰਨਵਾਦ ਹੈ ਖਹਿਰਾ ਪਿੰਡ ਵਾਲਿਆਂ ਦਾ, ਜਿੰਨਾ ਦਾ ਇਹਨਾਂ ਦਾ ਪ੍ਰਬੰਧ ਆ, ਅਸੀਂ ਬਹੁਤ ਖੁਸ਼ ਹਾਂ। ਅਤੇ ਇੱਦਾਂ ਹੀ ਸਾਰੇ ਪਿੰਡ ਰੱਖਣ, ਇਹ ਥੋੜ੍ਹੇ ਜਿਹੇ ਦਿਨਾਂ ਦੀ ਗੱਲ ਵਾ। ਦੇਖੋ ਪੰਜਾਬ ਗੌਰਮੈਂਟ, ਸੈਂਟਰ ਗੌਰਮੈਂਟ, DC ਸਾਹਿਬ, SSP ਸਾਹਿਬ, ਇੰਨੇ ਪ੍ਰਬੰਧ ਕੀਤੇ ਆ। ਸ਼ਹਿਰ ਫਲੌਰ ਦੇ ਵਿੱਚ ਕੋਈ ਵੀ ਬੰਦਾ 6-7 ਟੀਮਾਂ, 6-7 ਨਾਕੇ ਲੱਗੇ ਆ, ਨਾਕਿਆਂ ਦਾ ਹੀ ਰਾਸ਼ਨ ਜਿਹੜਾ ਤੁਹਾਡੇ ਵਰਗੇ ਸੱਜਣ ਪ੍ਰੋਵਾਈਡ ਕਰਦੇ, ਅਸੀਂ ਉੱਥੇ ਦੇਈ ਜਾਂਦੇ ਹਾਂ। ਕੋਰੋਨਾ ਵਾਇਰਸ ਦੇ ਚਲਦਿਆਂ ਜ਼ਰੂਰਤਮੰਦ ਲੋਕਾਂ ਦੇ ਲਈ ਕੁਝ ਸਮਾਜ ਭਲਾਈ ਸੰਸਥਾਵਾਂ ਅਤੇ ਕਈ ਹੋਰ ਲੋਕ ਉਹਨਾਂ